ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਹੁਣ 2 ਸਾਲ ਬਾਅਦ ਇੱਕ ਬੇਹੱਦ ਵੱਡਾ ਖੁਲਾਸਾ ਹੋਇਆ। ਇਹ ਖੁਲਾਸਾ ਸ਼ੂਟਰ ਕੇਸ਼ਵ ਦੇ ਵੱਲੋਂ ਕੀਤਾ ਗਿਆ। ਦੱਸ ਦਈਏ ਕਿ ਇਹਨਾਂ ਸ਼ੂਟਰਾਂ ਨੇ ਗਾਇਕ 'ਤੇ ਫਾਇਰਿੰਗ ਕਰਨ ਤੋਂ ਪਹਿਲਾਂ ਸੁਨਸਾਨ ਥਾਂ 'ਤੇ AK-47 ਚਲਾ ਕੇ ਚੈੱਕ ਕੀਤੀ ਸੀ। ਮੀਡੀਆ ਰਿਪੋਰਟ ਦੇ ਹਵਾਲੇ ਤੋਂ ਇੱਕ ਖਬਰ ਹੈ ਕਿ ਕੇਸ਼ਵ ਸ਼ੂਟਰ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ। ਦੂਸਰਾ ਵੱਡਾ ਖੁਲਾਸਾ ਕਿ ਗੈਂਗਸਟਰਾਂ ਨੇ ਗ੍ਰੇਨੇਡ ਲਾਂਚਰ ਵੀ ਚਲਾਇਆ ਸੀ ਪਰ ਇਸ ਦੇ ਵਿੱਚ ਉਹ ਸਫਲ ਨਹੀਂ ਹੋਏ। ਤੀਸਰਾ ਖੁਲਾਸਾ ਕਿ ਪੁਲਿਸ ਵਾਲੇ ਬਣ ਕੇ ਪੁਲਿਸ ਦੀ ਵਰਦੀ ਪਾ ਕੇ ਸਿੱਧੂ ਮੂਸੇਵਾਲਾ ਦੇ ਘਰ ਜਾਇਆ ਜਾਣਾ ਸੀ ਤਾਂ ਉਸਦਾ ਕਤਲ ਕਰਨਾ ਸੀ ਪਰ 2 ਮਹਿਲਾਵਾਂ ਨਾ ਮਿਲਣ ਕਰਕੇ ਇਸ ਪਲੈਨ ਨੂੰ ਮੌਕੇ 'ਤੇ ਬਦਲ ਦਿੱਤਾ ਗਿਆ। ਜਦੋਂ ਸਿਕਿਉਰਿਟੀ ਵਾਪਸ ਲਈ ਗਈ ਤਾਂ ਐਨ ਮੌਕੇ 'ਤੇ ਪਲੈਨ ਬਦਲ ਦਿੱਤਾ ਗਿਆ। ਤਾਂ ਖੁਲਾਸਾ ਹੋਇਆ ਕਿ ਇਹ ਜੋ 2 ਮਹਿਲਾਵਾਂ ਦੀ ਭਾਲ ਦੇ ਵਿੱਚ ਸੀ ਉਹਨਾਂ ਨੇ ਫਰਜ਼ੀ ਪੱਤਰਕਾਰ ਬਣ ਕੇ ਘਰ ਜਾਣਾ ਸੀ ਪੁਲਿਸ ਦੇ ਨਾਲ ਸਿੱਧੂ ਮੂਸੇਵਾਲਾ ਦੇ ਤਾਂ ਕਤਲ ਹੋਣਾ ਸੀ। ਕਤਲਕਾਂਡ ਦੇ ਵਿੱਚ ਸ਼ੂਟਰ ਕੇਸ਼ਵ ਨਿਵਾਸੀ ਆਵਾ ਬਸਤੀ ਬਠਿੰਡਾ ਨੇ ਪੁਲਿਸ ਪੁੱਛਗਿੱਛ ਦੇ ਵਿੱਚ ਖੁਲਾਸਾ ਕੀਤਾ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਪ੍ਰਿਯਵਰਤ ਫੌਜੀ ਦੀਪਕ ਮੁੰਡੀ ਸਣੇ ਹੋਰ ਜਿੰਨੇ ਵੀ ਮੁਲਜ਼ਮ ਨੇ ਡੱਬਵਾਲੀ ਦੇ ਪਿੰਡ ਸਖਤਾ ਖੇੜਾ ਦੇ ਖੇਤਾਂ 'ਚ ਸੁਨਸਾਨ ਥਾਂ 'ਤੇ AK-47 ਸਣੇ ਪਿਸਟਲਾਂ ਨੂੰ ਚਲਾ ਕੇ ਚੈੱਕ ਕਰਕੇ ਗਏ ਸੀ। ਪ੍ਰਿਯਵਰਤ ਫੌਜੀ ਅਤੇ ਦੀਪਕ ਮੁੰਡੀ ਨੇ ਗ੍ਰੇਨੇਡ ਲਾਂਚਰ ਤੱਕ ਚਲਾ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਕੋਲੋਂ ਲਾਂਚਰ ਚੱਲਿਆ ਹੀ ਨਹੀਂ ਜਿਸ ਕਰਕੇ ਫੌਜੀ ਨੇ ਉਸਨੂੰ ਪੈਕ ਕਰਕੇ ਰੱਖਤਾ। ਸਿੱਧੂ ਮੂਸੇਵਾਲਾ ਦੇ ਕੋਲ ਭਾਰੀ ਸੁਰੱਖਿਆ ਫੋਰਸ ਹੁੰਦੀ ਸੀ ਜਿਸ ਕਰਕੇ ਗੈਂਗਸਟਰ ਗੋਲਡੀ ਬਰਾੜ ਨੇ ਗੈਂਗਸਟਰਾਂ ਨੂੰ ਵੱਡੀ ਗਿਣਤੀ ਦੇ ਵਿੱਚ ਪਿਸਟਲ ਅਤੇ AK-47 ਦਿੱਤੇ। ਬਦਮਾਸ਼ਾਂ ਨੇ ਪਲਾਨ ਬਣਾਇਆ ਸੀ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ੂਟਰ ਮਨਪ੍ਰੀਤ ਸਿੰਘ ਜਗਰੂਪ ਰੂਪਾ ਸਣੇ ਹੋਰ 3 ਮੁੰਡੇ ਫਰਜ਼ੀ ਪੁਲਿਸ ਵਾਲੇ ਬਣ ਕੇ ਮੂਸੇਵਾਲਾ ਦੇ ਘਰ ਜਾਣਗੇ। ਬਦਮਾਸ਼ਾਂ ਨੇ ਬਕਾਇਦਾ ਪੁਲਿਸ ਦੀ ਵਰਦੀ ਤੱਕ ਖਰੀਦ ਲਈ ਸੀ। ਪੁਲਿਸ ਵਰਦੀ ਦਾ ਪੂਰਾ ਸਮਾਨ ਅਤੇ 2 ਮਹਿਲਾਵਾਂ ਨਾ ਮਿਲਣ ਕਰਕੇ ਇਸ ਪਲਾਨ ਨੂੰ ਮੌਕੇ 'ਤੇ ਰੱਦ ਕੀਤਾ ਗਿਆ। ਗੋਲਡੀ ਬਰਾੜ ਨੇ 2 ਫਰਜ਼ੀ ਕੁੜੀਆਂ ਤਿਆਰ ਕੀਤੀਆਂ ਸੀ ਜਿਨ੍ਹਾਂ ਨੇ ਪੁਲਿਸ ਕਰਮਚਾਰੀਆਂ ਦੇ ਨਾਲ ਫਰਜ਼ੀ ਪੱਤਰਕਾਰ ਬਣ ਕੇ ਮੂਸੇਵਾਲੇ ਦੇ ਘਰ ਦਾਖਲ ਹੋਣਾ ਸੀ। ਜਿਸ ਤੋਂ ਬਾਅਦ ਜਦ ਮੂਸੇਵਾਲਾ ਦੀ ਪੁਲਿਸ ਸੁਰੱਖਿਆ ਹਟਾ ਦਿੱਤੀ ਗਈ ਤਾਂ ਗੈਂਗਸਟਰ ਗੋਲਡੀ ਬਰਾੜ ਨੇ ਮੁਲਜ਼ਮ ਕੇਸ਼ਵ ਨੂੰ ਫੋਨ ਕਰਕੇ ਕਿਹਾ ਸੀ ਕਿ ਹੁਣ ਮੂਸੇਵਾਲਾ ਦੇ ਨਾਲ ਪੁਲਿਸ ਸੁਰੱਖਿਆ ਨਹੀਂ ਹੈ, ਤੂੰ ਫਤਿਹਾਬਾਦ ਜਾ ਕੇ ਸਾਰੇ ਸਾਥੀਆਂ ਨੂੰ ਮਾਨਸਾ ਲੈ ਕੇ ਆ। ਜਿਸ ਤੋਂ ਬਾਅਦ ਕੇਸ਼ਵ ਬਾਈਕ 'ਤੇ ਫਤਿਹਾਬਾਦ ਗਿਆ ਅਤੇ ਆਪਣੇ ਸਾਥੀਆਂ ਦੇ ਨਾਲ ਮਾਨਸਾ ਆਇਆ ਸੀ। ਮੁਲਜ਼ਮ ਨੇ ਆਪਣੀ ਬਾਈਕ ਅੱਗੇ ਲਗਾਈ ਜਦਕਿ ਦੂਸਰੇ ਉਸਦੇ ਪਿੱਛੇ ਗੱਡੀਆਂ ਲੈ ਕੇ ਪਹੁੰਚੇ ਸੀ। ਸੂਤਰਾਂ ਦੇ ਮੁਤਾਬਕ ਜਦ ਫਰਜ਼ੀ ਪੁਲਿਸ ਵਾਲੇ ਬਣ ਕੇ ਕੁੜੀਆਂ ਨੂੰ ਬਤੌਰ ਪੱਤਰਕਾਰ ਯੋਜਨਾ ਦੇ ਵਿੱਚ ਸ਼ਾਮਲ ਕਰ ਮੂਸੇਵਾਲਾ ਦੇ ਘਰ ਜਾਣ ਦੀ ਯੋਜਨਾ ਬਣਾਈ ਗਈ ਤਾਂ ਰਾਤ ਨੂੰ ਸਾਰੇ ਮੁਲਜ਼ਮ ਡੱਬਵਾਲੀ ਦੇ ਪਿੰਡ ਸਖਤਾ ਖੇੜਾ ਦੇ ਵਿੱਚ ਸੁਨਸਾਨ ਥਾਂ 'ਤੇ ਖੇਤਾਂ ਦੇ ਵਿੱਚ ਇੱਕ ਕਮਰੇ 'ਚ ਰੁਕੇ ਸੀ ਤਾਂ ਉੱਥੇ ਹੀ ਮੁਲਜ਼ਮਾਂ ਨੇ ਆਪਣੇ ਆਪਣੇ ਪਿਸਟਲ 'ਤੇ AK-47 ਨੂੰ ਚਲਾ ਕੇ ਚੈੱਕ ਕੀਤਾ। ਹਥਿਆਰ ਚਲਾ ਕੇ ਚੈੱਕ ਕਰਨ ਤੋਂ ਬਾਅਦ ਅਗਲੇ ਦਿਨ ਸਵੇਰੇ 5 ਵਜੇ ਮੁਲਜ਼ਮ ਖੇਤਾਂ ਤੋਂ ਨਿਕਲ ਕੇ ਮਾਨਸਾ ਦੇ ਵੱਲ ਚੱਲ ਪਏ। ਕੇਸ਼ਵ ਅਤੇ ਪੁਲਿਸ ਨੂੰ ਦੱਸੇ ਅਨੁਸਾਰ ਜਦ ਸਾਰੇ ਮੁਲਜ਼ਮ ਖੇਤਾਂ ਤੋਂ ਨਿਕਲ ਕੇ ਮਾਨਸਾ ਦੇ ਵੱਲ ਚੱਲੇ ਤਾਂ ਸਕੋਰਪੀਓ ਦੇ ਵਿੱਚ 3 ਪੰਜਾਬੀ ਮੁੰਡੇ ਅਤੇ ਸ਼ੂਟਰ ਮਨਪ੍ਰੀਤ ਸਿੰਘ ਮੰਨਾ ਜਗਰੂਪ ਰੂਪਾ ਵੀ ਸੀ, ਜਦਕਿ ਦੂਜੀ ਬਲੈਰੋ ਦੇ ਵਿੱਚ ਪ੍ਰਿਯਵਰਤ ਫੌਜੀ, ਕੇਸ਼ਵ, ਦੀਪਕ ਮੁੰਡੀ, ਕਸ਼ਿਸ਼ ਉਰਫ ਕੁਲਦੀਪ ਅਤੇ ਅੰਕਿਤ ਸਵਾਰ ਸੀ। 2 ਗੱਡੀਆਂ ਡੱਬਵਾਲੀ ਤੋਂ ਹੀ ਅਲੱਗ ਹੋ ਗਈਆਂ ਸੀ ਕਿਉਂਕਿ ਸਕੋਰਪੀਓ ਗੱਡੀ ਸਵਾਰ ਲੜਕੇ ਪੁਲਿਸ ਦੀ ਵਰਦੀ ਪੂਰਾ ਕਰਨ ਦੇ ਲਈ ਸਮਾਨ ਲੈ ਕੇ ਆਉਣ ਨੂੰ ਕਹਿ ਕੇ ਚਲੇ ਗਏ। ਕੁੱਲ 31 ਮੁਲਜ਼ਮਾਂ ਦੇ ਵਿੱਚੋਂ ਪੁਲਿਸ ਨੇ 29 ਨੂੰ ਗ੍ਰਿਫਤਾਰ ਕੀਤਾ। 2 ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਦਾ ਤਰਨ ਤਾਰਨ ਦੇ ਗੋਇੰਦਵਾਲ ਦੇ ਵਿੱਚ ਝੜਪ ਦੌਰਾਨ ਇਹ ਦੋਵੇਂ ਮਾਰੇ ਗਏ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਦੇ ਵਿੱਚ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮਨੂ ਖੋਸਾ ਦਾ ਪੁਲਿਸ ਐਨਕਾਊਂਟਰ ਹੋ ਜਾਂਦਾ ਹੈ। ਦੱਸ ਦਈਏ ਕਿ ਇਹ ਖੁਲਾਸਾ ਜੋ ਹੈ ਕਾਫੀ ਲੰਬੇ ਸਮੇਂ ਬਾਅਦ ਹੋਇਆ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ।